ਨਾਭਾ ਜੇਲ ਬ੍ਰੇਕ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੇ ਸਾਜ਼ਿਸ਼ਕਰਤਾ ਗੁਰਪ੍ਰੀਤ ਸਿੰਘ ਉਰਫ ਗੁਰਮੇਲ ਸਿੰਘ ਵਾਸੀ ਮਾਂਗੇਵਾਲ ਜ਼ਿਲ੍ਹਾ ਮੋਗਾ ਨੂੰ ਮਾਰੂ ਹਥਿਆਰਾਂ ਸਣੇ ਪੜਤਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰਪ੍ਰੀਤ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਫੰਡ ਅਤੇ ਆਪਣਾ ਘਰ ਗੈਂਗਸਟਰਾਂ ਨੂੰ ਮੁਹੱਈਆ ਕਰਾਇਆ ਸੀ। ਹੁਣ ਤੱਕ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ ਕਿ ਸਾਰੀ ਸਾਜ਼ਿਸ਼ ਗੁਰਪ੍ਰੀਤ ਦੇ ਘਰ ਬੈਠ ਕੇ ਕੀਤੀ ਗਈ ਸੀ। ਇੱਥੋਂ ਤੱਕ ਕਿ ਜੇਲ੍ਹ ਬ੍ਰੇਕ ਤੋਂ ਇੱਕ ਦਿਨ ਪਹਿਲਾਂ ਉਸ ਦੇ ਘਰ ਰਿਹਰਸਲ ਵੀ ਕੀਤੀ ਗਈ ਸੀ। ਅੱਜ ਗੁਰਪ੍ਰੀਤ ਨੂੰ ਨਾਭਾ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਸੰਬਰ ਤੱਕ ਰਿਮਾਂਡ ਹਾਸਲ ਕੀਤਾ ਗਿਆ ਹੈ। 5-12 ਤੱਕ ਦਾ ਪੁਲਿਸ ਰਿਮਾਂਡ ਮਿਲਿਆ। ਇਹਦਾ ਨਾਂ ਗੁਰਪ੍ਰੀਤ ਸਿੰਘ, ਸਾਨੂੰ ਗੁਰਮੇਲ ਸਿੰਘ ਦਾ ਆਰੋਪ ਹੈ ਸਰ। ਇਹਦੇ ਕਿਸ ਸੰਬੰਧੀ ਪੇਸ਼ ਕਰਿਆ ਤੁਸੀਂ? 142 ਨੰਬਰ ਮੁਕੱਦਮੇ 'ਚ, ਜਿਸ 'ਚ ਹਾਂਜੀ ਹਾਂ ਮੈਕਸੀਮਮ ਜੇਲ੍ਹ ਸਕਿਉਰਟੀ 'ਚੋਂ ਕੈਦੀ ਵੀ ਆਏ ਨੇ, ਉਹ ਪੇਸ਼ ਗ੍ਰਿਫਤਾਰ ਕੀਤਾ। ਦੂਜੇ ਪਾਸੇ ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਪੁਲਿਸ ਨੇ ਗੁਰਪ੍ਰੀਤ 'ਤੇ ਝੂਠਾ ਕੇਸ ਪਾਇਆ ਹੈ। ਇਹ ਵਾਰ ਦੇ ਸ਼ਨੀਵਾਰ ਦੀ ਗੱਲ ਹੈ ਜੀ, ਐਤਵਾਰ ਦੀ ਇਹ ਵਾਰਦਾਤ ਆ। ਸ਼ਨੀਵਾਰ ਅਸੀਂ ਰਾਤ ਨੂੰ ਜਾਗੋ 'ਤੇ ਗਏ ਹਾਂ ਜੀ, ਪ੍ਰੋਪਰ ਉੱਥੇ ਵੀਡੀਓ ਪਈ ਹੈ ਜੀ ਸਾਡੀ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਅਗਲੇ ਦਿਨ ਸੰਡੇ ਅਸੀਂ ਸਿੱਧਾ ਸਾਰੀ ਫੈਮਿਲੀ ਸਾਡੇ ਨਾਲ, ਸਾਡੇ ਰਿਸ਼ਤੇਦਾਰ ਸਾਡੇ ਨਾਲ ਆ, ਉੱਥੇ ਪ੍ਰੋਪਰ ਵੀਡੀਓ ਹੈ ਜੀ। ਅਸੀਂ ਵਿਆਹ 'ਤੇ ਗਏ ਸਿਟੀ ਪਾਰਕ, ਮੇਰੇ ਭਾਣਜੇ ਦਾ ਵਿਆਹ ਸੀ ਜੀ, ਠੀਕ ਹੈ ਜੀ। ਇਹ ਮੇਰੇ ਮਾਸੀ ਦਾ ਬੇਟਾ ਜੀ। ਜੋ ਵੀ ਹੋਇਆ ਤੁਸੀਂ ਇਹਦੀ ਪੂਰਾ ਪਹਿਲਾਂ ਉਹ ਕਰੋ ਵੀ ਸੰਤੋਸ਼ ਵੀ ਇਹ ਚੀਜ਼ ਇਹ ਸੀ ਜਾਂ ਨਹੀਂ ਸੀ, ਜਾਂ ਇਹਨੇ ਕੁਛ, ਜਦ ਇਹ ਸੈਟਰਡੇ ਵੀ ਉੱਥੇ ਸੀਗਾ, ਸੰਡੇ ਵੀ ਉੱਥੇ ਸੀਗਾ, ਸੰਡੇ ਦੀ ਇਹ ਵਾਰਦਾਤ ਆ 9:30 ਜੀ। ਸਾਡੇ ਕੋਲ ਵੀਡੀਓ ਪ੍ਰੋਪਰ ਪਈਆਂ ਜੀ, ਸਾਡੇ ਕੋਲ ਕੈਮਰੇ ਲੱਗੇ, ਘਰੇ ਕੈਮਰਿਆਂ ਦੀਆਂ ਹਾਰਡ ਡਿਸਕਾਂ ਸਾਡੇ ਕੋਲ ਪਈਆਂ। ਧੱਕਾ ਨਾ ਹੋਵੇ, ਜੋ ਵੀ ਹੋਵੇ ਇਨਸਾਫ ਹੋਵੇ, ਅਸੀਂ ਰਹੀ ਜਾਣੇ ਆ। ਸਾਡੀ ਤਾਂ ਸੋਧੀ ਜਿਨ੍ਹਾਂ ਨੂੰ ਕਹਿੰਦੇ ਵੀ ਆਇਆ ਉਹਨਾਂ ਨਾਲ ਤਾਂ ਪਹਿਲਾਂ ਇਹਨਾਂ ਨਹੀਂ, ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕੋਈ ਨਾ ਲਾਣ ਦੀ ਸਾਜ਼ਿਸ਼ ਦੇ ਜ਼ਮੀਨ ਨਹੀਂ, ਇਹ ਪਾ ਰਹੇ ਨੇ ਵੀ ਇਹਦੇ ਨਾਲ ਰਲ ਕੇ ਵਿੱਚ ਸਾਜ਼ਿਸ਼ ਬਣਾਈ ਆ ਇਹ ਕਾਰਵਾਈ ਕਰਨ ਦੀ। ਦੇਖੋ ਜੀ, ਸੈਟਰਡੇ ਤੇ ਸੰਡੇ ਦੀ ਇਹ ਕਾਰਵਾਈ ਆ। ਸੈਟਰਡੇ ਵੀ ਇਹ ਵਿਆਹ 'ਤੇ ਸੀ ਉੱਥੇ, ਠੀਕ ਆ, ਠੱਠੀ ਭਾਈ, ਠੀਕ ਆ ਜੀ, ਬਾਗੇ ਪੁਰਾਣੇ ਦੇ ਨੇੜੇ ਆ ਜੀ। ਇਸ ਤੋਂ ਬਾਅਦ ਸੰਡੇ ਸਿਟੀ ਪਾਰਕ ਪੈਲਸ 'ਚ ਪ੍ਰੋਪਰ ਵੀਡੀਓ ਦੇਖ ਸਕਦੇ ਹੋ। ਜੇ ਸਾਡੇ 'ਤੇ ਵੀ ਕੋਈ ਇਹਨਾਂ ਨੂੰ ਸ਼ੱਕ ਆ ਤਾਂ ਤੁਸੀਂ ਉੱਥੇ ਪੈਲਸ ਕੈਮਰੇ ਲੱਗੇ ਆ, ਉਹਨਾਂ ਤੋਂ ਫੁਟੇਜ ਕਢਵਾ ਸਕਦੇ ਹੋ ਤੁਸੀਂ। ਹਾਰਡ ਡਿਸਕ ਉਹਨਾਂ ਤੋਂ ਲੈ ਕੇ, ਸਾਡੇ ਕੋਲ ਸਾਡੇ ਘਰ ਦੀ ਹਾਰਡ ਡਿਸਕ ਵੀ ਪਈ ਕੈਮਰਿਆਂ ਦੀ, ਸਾਡੇ ਕੋਲ ਜਿਹੜੀ ਉੱਥੇ ਉਹ ਵੀ ਪ੍ਰੋਪਰ ਵੀਡੀਓ ਆਪਣੀ ਮੂਵੀ ਬਣੀ, ਉਹ ਅਸੀਂ ਅੱਜ ਰੈਡੀ ਕਰਾ ਲਈ ਆ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ ਦੇ ਲਈ।